ਕੱਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ। ਭਾਰਤ ਦੇ ਵਿੱਚ ਮਹਿੰਗਾਈ ਸਿਖਰਾਂ ਛੋ ਰਹੀ ਹੈ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਵਧ ਰਹੀਆਂ ਨੇ, ਪਰ ਭਾਰਤ ਦੇ ਗੁਆਂਢੀ ਮੁਲਕ ਸ਼੍ਰੀਲੰਕਾ ਦੇ ਵਿੱਚ ਹਾਲਾਤ ਇਸ ਤੋਂ ਵੀ ਬਦਤਰ ਬਣੇ ਹੋਏ ਨੇ। ਸ਼੍ਰੀਲੰਕਾ ਦੇ ਵਿੱਚ ਕਈ ਦਿਨਾਂ ਤੋਂ ਮਹਿੰਗਾਈ ਦੇ ਕਾਰਨ ਲੋਕ ਰੋਸ ਮੁਜ਼ਾਹਰੇ ਕਰ ਰਹੇ ਨੇ ਅਤੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਕਾਫੀ ਲੋਕ ਜਿਹੜੇ ਹੈ ਉਹ ਹਿੰਸਕ ਕਾਰਵਾਈਆਂ 'ਤੇ ਉਤਰੇ ਹੋਏ ਨੇ ਅਤੇ ਬੀਤੇ ਦਿਨੀ ਰਾਸ਼ਟਰਪਤੀ ਹਾਊਸ ਨੂੰ ਲੋਕਾਂ ਨੇ ਰੋਸ ਮੁਜ਼ਾਹਰੇ ਦੌਰਾਨ ਘੇਰ ਲਿਆ ਅਤੇ ਇਸ ਦਰਮਿਆਨ ਜਦੋਂ ਪੁਲਿਸ ਨੇ ਆਪਣੀ ਸ਼ਕਤੀ ਬਲ ਦੇ ਨਾਲ ਇਹਨਾਂ ਲੋਕਾਂ ਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪੁਲਿਸ ਦੀਆਂ ਜੀਪਾਂ ਅਤੇ ਪੁਲਿਸ ਦੀਆਂ ਬੱਸਾਂ ਉੱਤੇ ਹਮਲਾ ਕਰ ਦਿੱਤਾ ਅਤੇ ਇਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹੋਰ ਕੀ ਹੋਇਆ ਇਸ ਮੌਕੇ ਆਓ ਜਾਣਦੇ ਹਾਂ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ। ਮਹਿੰਗਾਈ ਦੀ ਮਾਰ ਤੇ ਗੁਆਂਢੀ ਮੁਲਕ 'ਚ ਹਾਹਾਕਾਰ। ਸ਼੍ਰੀਲੰਕਾ 'ਚ ਮਹਿੰਗਾਈ ਖਿਲਾਫ਼ ਹੋ ਰਹੇ ਰੋਸ ਮੁਜ਼ਾਹਰੇ। ਕਈ ਥਾਵਾਂ 'ਤੇ ਹਿੰਸਾ ਤੋਂ ਬਾਅਦ ਲੱਗਿਆ ਕਰਫਿਊ। ਲੋਕਾਂ ਨੇ ਗੱਡੀਆਂ ਨੂੰ ਲਗਾਈ ਅੱਗ ਤੇ ਘੇਰਿਆ ਰਾਸ਼ਟਰਪਤੀ ਹਾਊਸ। ਮਹਿੰਗਾਈ ਦੀ ਮਾਰ ਜਿੱਥੇ ਭਾਰਤ ਵਿੱਚ ਇਸ ਵੇਲੇ ਆਪਣੀ ਸਿਖਰ 'ਤੇ ਹੈ ਤਾਂ ਇਸ ਤੋਂ ਭਾਰਤ ਦੇ ਗੁਆਂਢੀ ਮੁਲਕ ਵੀ ਅਛੂਤੇ ਨਹੀਂ ਰਹੇ। ਖ਼ਾਸ ਕਰ ਜੇ ਗੱਲ ਕੀਤੀ ਜਾਵੇ ਗੁਆਂਢੀ ਮੁਲਕ ਸ਼੍ਰੀਲੰਕਾ ਦੀ ਤਾਂ ਇੱਥੇ ਵੀ ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਲੋਕਾਂ ਨੇ ਥਾਂ ਥਾਂ ਰੋਸ ਮੁਜ਼ਾਹਰੇ ਕੀਤੇ ਨੇ ਅਤੇ ਨਾਲ ਹੀ ਕਈ ਥਾਵਾਂ 'ਤੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਮੁਜ਼ਾਹਰਾਕਾਰੀਆਂ ਵੱਲੋਂ ਰਾਸ਼ਟਰਪਤੀ ਹਾਊਸ ਤੱਕ ਨੂੰ ਘੇਰ ਲਿਆ ਗਿਆ ਅਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਵਾਟਰ ਕੈਨਨ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਜ਼ਾਹਰਾਕਾਰੀਆਂ ਵੱਲੋਂ ਪੁਲਿਸ ਦੀਆਂ ਬੱਸਾਂ ਅਤੇ ਜੀਪਾਂ ਨੂੰ ਅੱਗ ਤੱਕ ਲਗਾ ਦਿੱਤੀ ਗਈ। ਤਕਰੀਬਨ 2 ਕਰੋੜ ਘਰਾਂ ਦੀ ਬੱਤੀ ਹੋਈ ਗੁੱਲ। ਸ਼੍ਰੀਲੰਕਾ ਦੇ ਹਾਲਾਤ ਇੰਨੇ ਬਦ ਤੋਂ ਬਦਤਰ ਹੋ ਗਏ ਨੇ ਕਿ ਤਕਰੀਬਨ 2 ਕਰੋੜ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ ਅਤੇ ਇੱਥੋਂ ਦੇ ਪਾਵਰ ਪਲਾਂਟਾਂ ਕੋਲ ਬਿਜਲੀ ਦੀ ਸਪਲਾਈ ਪੂਰੀ ਕਰਨ ਦੇ ਲਈ ਢੁੱਕਵੇਂ ਸਾਧਨ ਨਹੀਂ। ਇੱਥੋਂ ਤੱਕ ਕਿ ਕਈ ਪਾਵਰ ਪਲਾਂਟ ਬੰਦ ਤੱਕ ਹੋ ਚੁੱਕੇ ਨੇ। ਖ਼ਬਰਾਂ ਦੀ ਜੇ ਮੰਨੀਏ ਤਾਂ ਦਿਨ ਵਿੱਚ ਤਕਰੀਬਨ 12-13 ਘੰਟਿਆਂ ਤੱਕ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਨੇ ਅਤੇ ਦੂਜੇ ਪਾਸੇ ਡੀਜ਼ਲ ਅਤੇ ਪੈਟਰੋਲ ਦੀ ਕਿੱਲਤ ਤਕਾ ਰਹੀ ਹੈ ਅਤੇ ਜਨਤਕ ਆਵਾਜਾਈ ਇਸ ਨਾਲ ਬੁਰੀ ਤਰ੍ਹਾਂ ਅਸਰਅੰਦਾਜ਼ ਹੋਈ ਹੈ। ਲੋਕਾਂ ਨੇ ਰਾਸ਼ਟਰਪਤੀ ਦੇ ਅਸਤੀਫੇ ਦੀ ਰੱਖੀ ਮੰਗ। ਮਹਿੰਗਾਈ ਤੋਂ ਅੱਕੇ ਲੋਕਾਂ ਨੇ ਜਿੱਥੇ ਰੋਸ ਮੁਜ਼ਾਹਰੇ ਕੀਤੇ ਨੇ ਤਾਂ ਨਾਲ ਹੀ ਉਹਨਾਂ ਨੇ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਹੈ। ਰਾਸ਼ਟਰਪਤੀ ਹਾਊਸ ਕੋਲ ਰੋਸ ਜ਼ਾਹਰ ਕਰਨ ਗਏ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਦੇ ਲਈ ਪੁਲਿਸ ਨੂੰ ਵਾਟਰ ਕੈਨਨ ਦੀ ਵਰਤੋਂ ਕਰਨੀ ਪਈ ਹੈ ਅਤੇ ਪੁਲਿਸ ਮੁਤਾਬਿਕ ਹੁਣ ਸਥਿਤੀ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਇਸ ਦੌਰਾਨ ਜੋ ਹਿੰਸਕ ਕਾਰਵਾਈ ਹੋਈ ਤਾਂ ਉਸ ਮੌਕੇ ਰਾਸ਼ਟਰਪਤੀ ਆਪਣੀ ਰਿਹਾਇਸ਼ 'ਤੇ ਨਹੀਂ ਸੀ ਅਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਰਾਜਧਾਨੀ ਕੋਲੰਬੋ ਦੇ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ। ਕੀ ਹੈ ਸ਼੍ਰੀਲੰਕਾ ਦੀ ਵਿੱਤੀ ਸਥਿਤੀ? ਸ਼੍ਰੀਲੰਕਾ ਦੀ ਵਿੱਤੀ ਸਥਿਤੀ ਇਸ ਮੌਕੇ ਬੁਰੀ ਤਰ੍ਹਾਂ ਡਗਮਗਾ ਚੁੱਕੀ ਹੈ ਅਤੇ ਜੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼੍ਰੀਲੰਕਾ ਇਸ ਮੌਕੇ ਮਾੜੀ ਆਰਥਿਕਤਾ ਦੇ ਨਾਲ ਜੂਝ ਰਿਹਾ ਹੈ ਕਿਉਂਕਿ ਸ਼੍ਰੀਲੰਕਾ ਦਾ ਆਯਾਤ ਰੁਕ ਗਿਆ ਹੈ ਅਤੇ ਵਿਦੇਸ਼ੀ ਮੁਦਰਾ ਭੰਡਾਰ 70% ਹੇਠਾਂ ਆ ਗਿਆ ਹੈ। ਆਯਾਤ ਦੇ ਵਿੱਚ ਸ਼੍ਰੀਲੰਕਾ ਬਹੁਤ ਸਾਰੀਆਂ ਲੋੜੀਂਦੀਆਂ ਚੀਜ਼ਾਂ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ ਅਤੇ ਇਸ ਲਈ ਇਹਨਾਂ ਚੀਜ਼ਾਂ ਦਾ ਆਯਾਤ ਰੁਕਣ ਨਾਲ ਲੋਕਾਂ ਦੀ ਮੰਗ ਮੁਤਾਬਿਕ ਸਪਲਾਈ ਦੇ ਵਿੱਚ ਵਿਘਨ ਪਿਆ ਹੈ ਅਤੇ ਲੋਕਾਂ ਵਿੱਚ ਤਰਥੱਲੀ ਮਚ ਗਈ ਹੈ। ਬਿਊਰੋ ਰਿਪੋਰਟ, ਜਗਬਾਣੀ ਟੀਵੀ।